ਦੋਸਤੋ ਵੇਲੇ ਦੀ ਗੱਲ ਦੇ ਨਾਲ ਤੁਹਾਡਾ ਮੇਜ਼ਬਾਨ ਪ੍ਰੋਫੈਸਰ ਤਾਰਕ ਗੁਜਰ ਹਾਜ਼ਰ ਹੈ ਪੰਜਾਬੀ ਉਹ ਗੱਲ ਇਹ ਹੈ ਕਿ ਸਮਝਿਆ ਜਾਂਦਾ ਸੀ ਤਾਰੀਖ ਸਾਡੀ ਸਾਰੀ ਦੇ ਵਿੱਚ ਕਿ ਪੰਜਾਬੀ ਧੀਆਂ ਧਿਆਣੀਆਂ ਦੀ ਬੜੀ ਕਦਰ ਰਿਸਪੈਕਟ ਕਰਦੇ ਇhtaram ਕਰਦੇ ਜਦੋਂ ਸੁਣਿਆ ਕਿ ਸਾਡਾ ਸਾਂਝਾ ਪੰਜਾਬ ਸੀ ਇਕੱਠਾ ਸਮਾਜ ਸੀ ਪੰਜਾਬੀ ਮੁਸਲਮਾਨ ਹਿੰਦੂ ਸਿੱਖ ਈਸਾਈ ਜਿੰਨਾ ਪਾਈਚਾਰਾ ਸਾਰਾ ਇਕੱਠਾ ਬਖਦੇ ਸੀ ਉਦੋਂ ਵੀ ਇਹ ਰੀਤ ਰਿਵਾਇਤ ਸੀ ਕਿ ਜੇ ਇਸ ਪਿੰਡ ਵਿੱਚ ਕਿਸੇ ਨੇ ਪ੍ਰਾਣਾਚਾਰੀ ਪ੍ਰਾਣਚਾਰੀ ਜਾਣਾ ਪ੍ਰਾਣਾ ਬਣ ਕੇ ਜਾਣਾ ਚਾਹੇ ਉਹ ਕੋਈ ਵੀ ਹੁੰਦਾ ਸੀ ਤੇ ਉਸ ਪਿੰਡ ਦੇ ਕਿਸੇ ਵੀ ਬੰਦੇ ਦੀ ਚਾਹੇ ਕਿਸੇ ਕਮਿਊਨਿਟੀ ਕਿਸੇ ਜਾਤ ਕਿਸੇ ਮਜ਼ਬਬ ਨਾਲ ਤਾਲੁਕ ਰੱਖਣ ਵਾਲਾ ਬੰਦਾ ਹੋ ਉਸ ਪਿੰਡ ਦੇ ਵਿੱਚ ਜਿੱਥੇ ਉਹ ਜਾ ਰਿਹਾ ਹੁੰਦਾ ਸੀ ਕਿਸੇ ਦੀ ਧੀ ਧਿਆਣੀ ਹੁੰਦੀ ਸੀਗੀ ਤਾਂ ਉਹ ਜਦੋਂ ਕਿਤੇ ਆਪਣੇ ਕੰਮ ਤੋਂ ਫਾਰਗ ਹੋਣਾ ਤੇ ਜਾ ਕੇ ਉਸ ਧੀ ਧਿਆਣੀ ਦੇ ਸਿਰ ਤੇ ਪਿਆਰ ਦੇਣਾ ਤੇ ਉਹਨੂੰ ਜੋ ਬਣਦਾ ਸਰਦਾ ਕੋਲੋਂ ਹੋਇਆ ਕੋ ਰੁਪਈਆ ਤੇਲੀ ਪੋਲੀ ਉਹ ਉਹਨੂੰ ਦੇ ਕੇ ਆਣੇ ਇਹ ਏਡੀ ਮਸਤਹਕਮ ਰਵਾਇਤਾ ਵੀ ਅੱਜ ਜਦੋਂ ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਮੈਂ ਵੀ ਬਹੁਤ ਸਾਰੇ ਬਜ਼ੁਰਗਾਂ ਦੇ ਇੰਟਰਵਿਊ ਕੀਤੇ 1947 ਬਾਰੇ ਹੋਰ ਦੋਸਤਾਂ ਦੇ ਵੀ ਕੀਤੇ ਆ ਇੱਥੇ ਸਾਨੂੰ ਜਗ੍ਹਾ ਜਗ੍ਹਾ ਸਬੂਤ ਮਿਲਦਾ ਕਿ ਉਹ ਮੰਨ ਕੇ ਆਉਂਦੇ ਸੀ ਧੀਆਂ ਇੰਨਾ ਰਿਗਾਰਡ ਪੰਜਾਬੀ ਕਰਦੇ ਸੀ ਮੈਂ ਇਹ ਨਹੀਂ ਕਹਿੰਦਾ ਧੀਆਂ ਦੇ ਮਾਮਲੇ 'ਚ ਬਹੁਤ ਅਸੀਂ ਇਨਸਾਫ ਕੀਤਾ ਤਾਰੀਖ ਦੇ ਵਿੱਚ ਔਰ ਸ਼ਾਇਦ ਹਜੇ ਬੜੇ ਨੀਂਦੇ ਦੇਣ ਵਾਲੇ ਰਹਿੰਦੇ ਆ ਨੀਂਦਰੇ ਹਜੇ ਵਾਪਸ ਕਰਨੇ ਆ ਅਸੀਂ ਪੰਜਾਬ ਦੀ ਔਰਤ ਨੂੰ ਧੀ ਨੂੰ ਭੈਣ ਨੂੰ ਲੇਕਿਨ ਪਿਛਲੇ ਕੁਛ ਹਫ਼ਤੇ ਤੋਂ ਅਸੀਂ ਦੇਖ ਰਹੇ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਵਾਣੀਆਂ ਨੂੰ ਔਰਤਾਂ ਨੂੰ ਲੈ ਕੇ ਔਰ ਧੀਆਂ ਤੇ ਆਣੀਆਂ ਨੂੰ ਲੈ ਕੇ ਸਾਡੇ ਰਵੱਈਏ ਬੜੇ ਹੀ ਖਰਾਬ ਹੋ ਗਏ ਅਸੀਂ ਸ਼ਾਇਦ ਆਪਣੇ ਮਰਤਬੇ ਤੋਂ ਆਪਣੇ ਲੈਵਲ ਤੋਂ ਜਿਹੜੇ ਲਈ ਪੰਜਾਬੀ ਜਾਣੇ ਜਾਂਦੇ ਸੀ ਉਸ ਤੋਂ ਥੱਲੇ ਗਿਰ ਗਏ ਦੋਨੇ ਪਾਸੇ ਮਸਾਲਾ ਮੌਜੂਦ ਹੈ ਇੱਕ ਪਾਸੇ ਮਿਸਾਲ ਇਹ ਹੈ ਕਿ ਮਰੀਮ ਨਵਾਜ਼ ਸਾਹਿਬਾ ਪੰਜਾਬ ਦੀ ਵਜ਼ੀਰੇਆਲਾ ਬਣੀ ਪੰਜਾਬ ਦੀ ਜਿਹੜੀ ਸਾਡੇ ਕੋਲ ਮਾਲੂਮ ਤਾਰੀਖ ਹੈ ਉਹਦੇ ਵਿੱਚ ਤਿੰਨ ਖਵaties ਨੇ ਤੀਸਰੀ ਖਾਤੂਨ ਹੈ ਜਿਨ੍ਹਾਂ ਨੇ ਪੰਜਾਬ ਦੀ ਬਾਗਡੋਰ ਸੰਭਾਲੀ ਇੱਕ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਰਾਣੀ ਜਿੰਦਕੌਰ ਰਾਣੀ ਜਿੰਦਾਂ ਵੀ ਉਹਨਾਂ ਨੂੰ ਕਹਿੰਦੇ ਦੂਸਰੇ ਮਹਤਰਮਾ ਰਜਿੰਦਰ ਕੌਰ ਬਠਲ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੀ ਵਜ਼ੀਰੇ ਆਲਾ ਬਣੀਆਂ ਵੋਟਾਂ ਨਾਲ ਇਲੈਕਟ ਹੋ ਗਈ। ਤੀਸਰੀ ਹੁਣ ਸਾਡੀ ਪਾਕਿਸਤਾਨੀ ਪੰਜਾਬ ਦੀ ਤਾਰੀਖ ਚ ਪਹਿਲੀ ਖਾਤੂਨ ਮੈਡਮ ਮਰੀਮ ਨਵਾਜ਼ ਜਿਹੜੇ ਆ ਉਹ ਇਲੈਕਸ਼ਨ ਜਿੱਤ ਕੇ ਆਏ ਉਹਨਾਂ ਦੀ ਲੰਬੀ ਸਟਰਗਲ ਸੀ ਜਿੱਦੋ ਜਹਿਦ ਸੀ। ਸਾਨੂੰ ਉਹਦਾਂ ਇਖਤਲਾਫ ਹੋ ਸਕਦਾ। ਲੇਕਿਨ ਕਮਾਲ ਦੀ ਜੁਰਤ ਨਾਲ ਉਹਨਾਂ ਨੇ ਸਟਰਗਲ ਕੀਤੀ ਹੈ। ਔਰ ਡਿਕਟੇਟਰ ਦੇ ਖਿਲਾਫ ਕੋਈ ਵੀ ਲੜਦਾ ਤੇ ਉਹਨੂੰ ਸ਼ਾਬਾਸ਼। ਲੇਕਿਨ ਅਸੀਂ ਦੇਖਿਆ ਹੈ ਕਿ ਜਦੋਂ ਉਹ ਪੰਜਾਬ ਦੀ ਵਜ਼ੀਰੀ ਆਲਾ ਬਣ ਕੇ ਆਏ ਤੇ ਅਸੀਂ ਪੰਜਾਬ ਦੇ ਲੋਕਾਂ ਨਹੀਂ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾ ਦਿੱਤੀ ਇੱਕ ਇੱਕ ਖਿਲਾਫ ਕਰਨ ਦੇ ਵੀ ਤਰੀਕੇ ਹੁੰਦੇ ਆ ਆਪਣਾ ਨੁਕਤਾ ਨਜ਼ਰ ਸਾਹਮਣੇ ਲਿਆਉਣ ਦੇ ਵੀ ਬੜੇ ਤਰੀਕੇ ਹੁੰਦੇ ਤੁਸੀਂ ਤਰੀਕੇ ਨਾਲ ਗੱਲ ਕਰ ਸਕਦੇ ਲੇਕਿਨ ਇੱਕ ਬਲਗੈਰਿਟੀ ਆਈ ਇੱਕ ਤੂਫਾਨ ਆਇਆ ਬਤਮੀਜ਼ੀ ਦਾ ਜਿਹਦੇ ਵਿੱਚ ਗਾਲਾਂ ਤੱਕ ਸ਼ਾਮਲ ਹੈ ਇਹ ਬੜਈ ਮਤਲਬ ਸਾਡੇ ਤੇ ਕਹਿ ਲੋ ਵੀ ਮੱਥੇ ਦੇ ਉੱਤੇ ਦਾਗ ਹੈ ਇਹ ਤੁਸੀਂ ਜੋ ਮਰਜ਼ੀ ਕਹਿ ਲੋ ਜੋ ਮਰਜ਼ੀ ਕਹਿ ਲੋਏ ਦਾਗ ਹੈਗਾ ਦੂਸਰੇ ਪਾਸੇ ਜਿਹੜੀ ਸਿਆਸੀ ਕਾਰਕੁਨ ਸੀ ਪੀਟੀਆਈ ਦੀਆਂ ਜਦੋਂ ਉਹਨਾਂ ਦੇ ਮਾਮਲੇ ਦੇ ਵਿੱਚ ਸੂਰਤਿ ਹਾਲ ਸਾਹਮਣੇ ਆਈ ਹੈ ਜਿੱਦਾਂ ਉਹਨਾਂ ਨੂੰ ਖਿੱਚਿਆ ਗਿਆ ਘੜੀਸਿਆ ਗਿਆ ਬੈਗਨਾ ਚ ਪਾਇਆ ਗਿਆ ਅੱਗੇ ਲਿਆਂਦਾ ਗਿਆ ਔਰ ਉਹਨਾਂ ਨੂੰ ਹਜੇ ਤੱਕ ਰੱਖਿਆ ਗਿਆ ਇਹ ਵੀ ਸਾਡੇ ਲਈ ਕਾਬਲੇ ਸ਼ਰਮ ਗੱਲ ਹੈ ਇਹ ਦੋਨਾਂ ਗੱਲਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਤੇ ਆਪਣੇ ਉਹ ਨਾ ਮਿਆਰਾਤ ਨੂੰ ਦੇਖਣਾ ਚਾਹੀਦਾ ਜਿਦਲੇ ਅਸੀਂ ਪੰਜਾਬ ਦੇ ਲੋਕ ਦੁਨੀਆ 'ਚ ਜਾਣੇ ਜਾਂਦੇ ਆ ਔਰ ਦੂਸਰੇ ਪੰਜਾਬ ਚ ਜਾਣੇ ਜਾਂਦੇ ਆ ਉਹ ਵੀ ਸਾਡਾ ਤਮਾਸ਼ਾ ਦੇਖ ਰਹੇ ਕਿ ਧੀਆਂ ਧਿਆਣੀਆਂ ਬਾਰੇ ਕੀ ਸੋਚਦੇ ਤੇ ਆਓ ਰਲ ਮਿਲ ਕੇ ਦੇ ਬਾਰੇ ਸੋਚੀਏ ਤੇ ਜਿਹੜਾ ਇhtram ਤੇ regard ਬਣਦਾ ਦੋਨੋਂ ਪਾਸੇ ਧੀਆਂ ਧਿਆਣੀਆਂ ਨੂੰ ਦੇਈਏ ਰੱਬ ਰੱਖ